ਬੜਾ ਸਮਾਜ 'ਚ ਪਕਾਉਂਦੇ ਸੀਗੇ ਅਤੇ ਪਰ ਹਾਲ ਕੋਈ ਨਹੀਂ ਸੀ। ਇੱਕ ਉਹਨੂੰ ਬੀ ਪੈਣ ਲੱਗ ਪਿਆ, ਉਹ ਇੰਨਾ ਬਾਰਿਸ਼ ਹੋਈ ਵੀ ਜਿਹੜੇ ਨਾ ਪੈਦੇ ਸੀਗੇ ਚਾਦਰਾਂ ਨੇ ਫੇਸਾਂ ਨੇ ਬਣਾਇਆ ਸੀ ਤੰਬੂ, ਉਹ ਚੋਣ ਲੱਗ ਪਿਆ। ਫਿਰ ਉਹਨੇ ਨਾਲ ਜਿਹੜਾ ਪਿੰਡ ਸੀ ਰਾਤ ਨੂੰ ਉੱਥੇ ਗਏ, ਬੱਚੇ ਸੀ ਅਸੀਂ ਛੋਟੇ ਸੀ ਵੱਡੇ ਵੀ, ਇਹ ਪਾਲਾ ਲੱਗੇ ਬੜਾ, ਉਹ ਫਿਰ ਇੱਕ ਤੂੜੀ ਵਾਲਾ ਉੱਥੇ ਬੜੇ ਸੀ ਜਾ ਕੇ, ਉੱਥੇ ਵੀ ਨਿੱਘ ਆਇਆ। ਕਿਹੜਾ ਪਿੰਡ ਸੀ? ਪੱਤਾਪਰਾ। ਅਤੇ ਉਹ ਪਿੰਡ ਦੇ ਵਿੱਚ ਜਾ ਕੇ ਨਾ ਸਾਰਾ ਪਿੰਡ ਉਸ ਪਿੰਡ ਉੱਥੇ ਬਹਿ ਗਏ। ਫਿਰ ਇਹ ਹਮਲਾ ਹੋਇਆ, ਇੱਕ ਜਦੋਂ ਹਮਲਾ ਹੋਇਆ ਤਾਂ ਉਹਦੇ ਸਾਡੇ ਕੋਲ ਸੀ ਬੰਦੂਕਾਂ ਪੱਕੀ ਸੀ, ਇੱਕ ਤਾਂ 11 ਗੋਲੀ ਸੀ ਅਤੇ ਇੱਕ ਸੀਗੀ ਸਿੰਗਲ ਸੀ ਗੋਲੀ ਸੀ, ਅਤੇ ਉੱਦਾਂ ਅਸੀਂ ਬਣਾਈਆਂ ਸੀ ਪਿਸਤੌਲ ਕੀ ਤਾਂ ਕੀ ਹੁੰਦੀ ਹੈ ਵੱਡੀ ਤੋਪ ਬਣਾਈ ਸੀ, ਹਾਂਜੀ ਤੋਪ ਖੁਦ ਬਣਾਈਆਂ ਸਾਡੇ ਜਿਹੜੇ ਬੰਦੇ ਫੌਜ ਸੀ ਨਾ, ਹਾਂਜੀ ਅਤੇ ਉਹਨਾਂ ਨੂੰ ਉਹ ਬਣਾਈਆਂ ਸੀ। ਜਦੋਂ ਅਸੀਂ ਚਲਾਉਂਦੇ ਸੀ ਨਾ ਕੋਈ ਸਿੱਖ ਸਾਡੇ ਲਾਗੇ ਨਹੀਂ ਸੀ ਲੱਗਿਆ, ਹਾਂ ਦਰਖਤ ਸੀਗੇ ਜਿਹੜੇ ਜਿੱਥੇ ਸਾਡਾ ਮਕਾਨ ਸੀ ਨਾ ਉੱਥੇ ਇੱਕ ਬਹੁਤ ਵੱਡਾ ਸਾਰਾ ਪਿੱਪਲ ਸੀ, ਵੱਡਾ ਸਾਰਾ ਘਰ ਦੇ ਵਿੱਚ ਸੀ ਸਾਡੇ ਦੇ, ਅਤੇ ਲੇਕਿਨ ਹਿੰਦੂ ਜਿਹੜਾ ਸੀ ਨਾ ਸੁਨਿਆਰਾ ਉਹ ਬੜੀ ਬੜੀ ਪੂਜਾ ਕਰਦਾ ਹੁੰਦਾ ਸੀ, ਉਹ ਸੁਨਿਆਰਾ ਸੀ, ਦੋ ਭਰਾ ਸੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਗੁਰੂ ਕੀ ਨਾਮ ਹੈ ਆਪਣਾ? ਰਾਣਾ ਫਤਿਹ ਅਲੀ। ਜੋ ਕੁਛ ਉਸ ਵੇਲੇ ਹੋਇਆ ਤੇ ਤੁਹਾਡਾ ਪੁਰਾਣਾ ਪਿੰਡ ਉਹਦੇ ਬਾਰੇ ਪੁੱਛਣਾ ਮੈਂ। ਤੁਹਾਡਾ ਪੁਰਾਣਾ ਪਿੰਡ ਕਿਹੜਾ ਸੀ, ਉਹਦਾ ਨਾਂ ਕੀ ਸੀ? ਸੈਮ। ਸੈਮ, ਹਾਂਜੀ। ਇੰਡੀਆ ਦੇ ਵਿੱਚ ਸੀ? ਇੰਡੀਆ ਦੇ ਵਿੱਚ। ਕਿਹੜਾ ਜ਼ਿਲ੍ਹਾ ਸੀ ਇਹਦਾ? ਜਲੰਧਰ। ਅਤੇ ਤਹਿਸੀਲ ਇਹਦੀ? ਨਕੋਦਰ। ਨਕੋਦਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਲੱਗਦਾ ਰਸੂਲਪੁਰ, ਚਿੱਟੀ, ਹਾਂਜੀ, ਉੱਗੀ, ਫਿਰ ਉਹਦੇ ਨਾਂ ਕੀ ਸੀ, ਪਤਲਾਪਰਾ, ਇਹਦੇ ਨਾਲ ਪਿੱਛੇ ਨਾਲ ਨਾਲ ਲੱਗਦੇ। ਤੁਹਾਡਾ ਵੱਡਾ ਵੱਡਾ ਪਿੰਡ ਸੀ ਕਿ ਨਹੀਂ? ਛੋਟਾ ਜਿਹਾ ਸਾਡਾ ਛੋਟਾ ਪਿੰਡ। ਛੋਟਾ ਪਿੰਡ ਸੀ, ਛੋਟਾ ਜਿਹਾ। ਨਾਲ ਵੱਡਾ ਪਿੰਡ ਕਿਹੜਾ ਸੀ? ਤੁਹਾਨੂੰ ਦੱਸਿਆ ਤਾ ਚਿੱਟੀ। ਚਿੱਟੀ 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 ਸਿੱਖਾਂ ਦਾ ਪਿੰਡ ਸੀ। ਸਿੱਖਾਂ ਦਾ ਪਿੰਡ ਸੀ ਸਾਰਾ ਜੀ। ਅਤੇ ਤੁਹਾਡਾ ਜਿਹੜਾ ਪਿੰਡ ਸੀ ਉਹਦੇ ਵਿੱਚ ਕਿਹੜੇ ਕਿਹੜੇ ਬਰਾਦਰੀ ਰਹਿੰਦੀ ਸੀ? ਉਹ 'ਚ ਸਿਰਫ ਰਾਜਪੂਤ ਸੀ ਅਤੇ ਜਾਂ ਦੋ ਘਰ ਸੀ ਰਾਈਆਂ ਦੇ। ਰਾਈਆਂ ਦੇ ਦੋ ਸਿਰਫ। ਸਹੀ। ਅਤੇ ਹੋਰ ਬਾਕੀ ਬਰਾਦਰੀ ਕੋਈ ਵੀ ਨਹੀਂ ਸੀ? ਬਾਕੀ ਹੋਰ ਕੋਈ ਬਰਾਦਰੀ, ਹੋਰ ਬਾਕੀ ਜ਼ਿਲ੍ਹਾ ਸੀ। ਅੱਛਾ। ਯਾਨੀ ਕਮੀ ਲੋਕ ਸੀ ਵਿੱਚ। ਮੁਸਲਮਾਨਾਂ ਤੋਂ ਇਲਾਵਾ ਵੀ ਕੋਈ ਰਹਿੰਦਾ ਸੀ, ਸਿੱਖ ਜਾਂ ਹਿੰਦੂ? ਉੱਥੇ ਉਹ ਸੁਨਿਆਰੇ ਸੀ, ਸੁਨਿਆਰੇ ਅਤੇ ਜਾਂ ਇੱਕ ਸੀਗਾ ਤਰਖਾਣ ਸੀ। ਜਿਹੜੇ ਚੁਮਾਰਾ ਦਾ ਘਰ ਨੇ ਸੀ ਉੱਥੇ, ਉਹ ਇੱਕ ਸਾਈਡ 'ਤੇ ਜਲੰਧਰ ਉਰਲੀ ਸਾਈਡ 'ਤੇ ਆਈਏ ਨਾ, ਹਾਂਜੀ, ਅਤੇ ਉਹ ਪਿੰਡ ਸੀਗਾ, ਉਹ ਚੁਮਿਆਰਾਂ ਦਾ ਪਿੰਡ ਸੀ। ਨਾ ਜੀ, ਰਾਜਪੂਤ ਬਣਾਉਣੇ ਨਹੀਂ ਦਿੰਦੇ, ਲੰਬੜ ਨਹੀਂ ਦਿੰਦੇ, ਲੰਬੜਦਾਰ। ਅੱਛਾ, ਕਿੰਨੇ ਨੰਬਰਦਾਰ ਸੀ ਤੁਹਾਡੇ ਪਿੰਡ ਦੇ? ਇੱਕ ਇੱਕ ਨੰਬਰਦਾਰ ਸੀ। ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਂ ਸੀ ਮੇਹਰ ਅਲੀ। ਮੇਹਰ ਅਲੀ, ਸਹੀ ਹੋ ਗਿਆ। ਅਤੇ ਕਿੰਨਾ ਕੁ ਤੁਸੀਂ ਘਰ ਹੋਣੇ? 300-400 ਘਰ ਲਿਆ ਇਸ ਪਿੰਡ ਦੇ ਵਿੱਚ? ਅਤੇ ਘੱਟ ਹੀ ਸਨ? ਨਹੀਂ, ਥੋੜ੍ਹੇ ਸੀ, ਥੋੜ੍ਹੇ ਸਨ, ਹਾਂਜੀ, 300-400 ਹੋਣਾ, 300-400 ਲਾ ਲਓ। ਅੱਛਾ। ਘਰ ਕੱਚੇ ਸਨ ਕਿ ਪੱਕੇ ਸਨ? ਕੋਈ ਚੰਦ ਵਿੱਚ ਪੱਕੇ ਵੀ ਸੀ ਅਤੇ ਜ਼ਿਆਦਾ ਕੱਚੇ ਸੀ, ਬਹੁਤ ਜ਼ਿਆਦਾ, ਯਾਨੀ ਚੰਦ ਇੱਕ ਘਰ ਸੀ ਜਿਹੜੇ। ਤੁਹਾਡਾ ਜਿਹੜਾ ਘਰ ਸੀ, ਹਾਂਜੀ, ਕੱਚਾ ਸੀ ਕਿ ਪੱਕਾ ਸੀ? ਨਹੀਂ, ਸਾਡਾ ਘਰ ਕੱਚਾ ਸੀ। ਕੱਚਾ ਸੀ, ਹਾਂਜੀ। ਕਿਹੜੀ ਸਾਈਡ 'ਤੇ ਸੀ ਘਰ ਤੁਹਾਡਾ? ਸਾਡਾ ਸੀਗਾ ਪਿੰਡ ਤੋਂ ਇਸ ਸਾਈਡ 'ਤੇ, ਚੜ੍ਹਦੇ ਪਾਸੇ। ਹਾਂਜੀ। ਪਤਾ ਕਿੰਨੇ ਕਮਰੇ ਸੀ ਘਰ ਦੇ? ਘਰ ਦੇ ਜੀ ਦੋ ਪਿੱਛੇ ਉਸ ਜ਼ਮਾਨੇ 'ਤੇ ਉਹਨਾਂ ਨੂੰ ਕਹਿੰਦੇ ਹੁੰਦੇ ਕੋਠੜੀਆਂ, ਅਤੇ ਅੱਗੇ ਹੁੰਦਾ ਸੀ ਹਾਲ, ਇੱਥੇ ਹੁਣ ਹਾਲ ਆ, ਉੱਥੇ ਕਹਿੰਦੇ ਹੁੰਦੇ ਸੀ ਬਰਾਮਦਾ, ਨਹੀਂ ਹਾਂ, ਉੱਥੇ ਬਰਾਮਦਾ ਜੇ ਕਹਿ ਲਓ, ਜਾਂ ਉਹ ਜਿਹੜਾ ਹੁੰਦਾ ਸੀ ਨਾ
ਦਲਾਨ ਉਹਨੂੰ ਕਹਿੰਦੇ ਹੁੰਦੇ ਪੰਜਾਬੀ ਦਲਾਨ। ਹਾਂ ਦਰਖਤ ਸੀਗੇ ਜਿਹੜੇ ਜਿੱਥੇ ਸਾਡਾ ਮਕਾਨ ਸੀ ਨਾ ਉੱਥੇ ਇੱਕ ਬਹੁਤ ਵੱਡਾ ਸਾਰਾ ਪਿੱਪਲ ਸੀ ਵੱਡਾ ਸਾਰਾ ਘਰ ਦੇ ਵਿੱਚ ਸੀ ਸਾਡੇ ਦੇ ਅਤੇ ਲੇਕਿਨ ਹਿੰਦੂ ਜਿਹੜਾ ਸੀ ਨਾ ਸੁਨਿਆਰਾ ਉਹ ਬੜੀ ਬੜੀ ਪੂਜਾ ਕਰਦਾ ਹੁੰਦਾ ਉਹ ਸੁਨਿਆਰਾ ਸੀ ਦੋ ਭਰਾ ਸੀ ਨਾ ਨਹੀਂ ਨਾ ਨਹੀਂ ਹੁਣ ਆਉਂਦਾ ਪੜ੍ਹਨ ਜਾਂਦੇ ਸੀ ਤੁਸੀਂ ਅਸੀਂ ਪੜ੍ਹਨ ਜਾਂਦੇ ਚਿੱਟੀ ਸੀ ਪਿੰਡ ਜਿਹੜਾ ਸਿੱਖਾਂ ਦਾ ਸੀ ਉੱਥੇ ਪੜ੍ਹਨ ਜਾਂਦੇ ਸੀ ਉੱਥੋਂ ਸਾਡੇ ਕੋਲ ਸੀਗਾ ਸਾਢੇ ਕੁ 3 ਮੀਲ ਮੀਲ ਸੀ ਜਾਂ ਕਿਲੋਮੀਟਰ ਨਹੀਂ ਸੀ ਅਤੇ ਪੈਦਲ ਹੀ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਪੱਗਾਂ ਬੰਨ੍ਹਦੇ ਹੁੰਦੇ ਸੀ ਅਤੇ ਫੱਟੀ ਹੁੰਦੀ ਅਤੇ ਉੱਥੇ ਬੰਨ੍ਹ ਕੇ ਨਾ ਕਿਤਾਬਾਂ ਜਾਂਦੇ ਹੁੰਦੇ ਸੀ ਤੁਰਦੇ ਜਾਣਾ ਇੱਕ ਤਾਂ ਸੀਗਾ ਸ਼ਾਹ ਇੱਕ ਸੀ ਮਾਸਟਰ ਉਹਦਾ ਨਾਮ ਸੀ ਸ਼ਾਹਦੀਨ ਉਹ ਇੱਕ ਤਾਂ ਸਈਦ ਸੀਗਾ ਉਹਦਾ ਹੁਣ ਨਾਂ ਨਹੀਂ ਮੈਨੂੰ ਆਉਂਦਾ ਜਿਹੜਾ ਰਾਏ ਸੀ ਉਹਦਾ ਨਾਂ ਸੀਗਾ ਇਹ ਪੜ੍ਹਦੇ ਸੀਗੇ ਜਿਹੜੇ ਨਾਲ ਉਹ ਤਕਰੀਬਨ ਗੁਲਾਮ ਨਬੀ ਸੀ ਫਿਰ ਮੁਹੰਮਦ ਹੁਸੈਨ ਸੀ ਫਿਰ ਇਸ ਤਰ੍ਹਾਂ ਰਾਣਾ ਅਸ਼ਰਫ ਸੀ ਇਹਨੇ ਸਾਰੇ ਇਹਦੇ ਸਾਡੇ ਪਿੰਡ ਦੇ ਸਾਰੇ ਉਹ ਤਾਂ ਜਮਾਤ ਸੀਗੀ ਉੱਥੇ ਹੁਣ ਕਿੰਨੇ ਕੁ ਪਤਾ ਕੀ ਆਇਆ ਕਿਹੜੇ ਜ਼ਮਾਨੇ ਦੇ ਨਾਲ ਉੱਥੇ ਜਮਾਤਾਂ ਹੀ 4 ਸੀ ਉਸ ਜ਼ਮਾਨੇ 'ਚ ਹਾਂਜੀ ਚੌਥੀ ਤੱਕ ਫਿਰ ਉਹ ਹਾਂ ਤਾਂ ਲਾਂਬੜਾ ਸੀ ਉਹ ਪਿੰਡ ਜਿਹੜਾ ਜਿੱਥੇ ਸੀਗੇ ਆ ਚਾਂਬੜੇ ਆ ਡੰਗਣ ਵਾਲੇ ਉਹਦਾ ਨਾਂ ਲਾਂਬੜ ਚੁਮਾਰ ਲਾਂਬੜਾ ਸੀ ਉਹਦਾ ਪਿੰਡ ਹਾਂਜੀ ਉਹ ਜਲੰਧਰ ਥੋੜ੍ਹਾ ਜਿਹਾ ਬੋਲਿਆ ਸੀ ਥੋੜ੍ਹਾ ਜਿਹਾ ਉਹ ਜਾਣੀ ਤਕਰੀਬਨ 2-3 ਰੁਪਈ ਤੋਂ ਵਰੇ ਸੀ ਅਤੇ ਪਿੰਡ ਦੇ ਵਿੱਚ ਤੁਹਾਡੇ ਬਜ਼ੁਰਗ ਵਾਹੀ ਕਰਦੇ ਸੀ ਜਾਂ ਕੋਈ ਹੋਰ ਸਾਰੇ ਜੋ ਜ਼ਮੀਨਦਾਰ ਸੀ ਹਾਂਜੀ ਪਿੰਡ ਦੇ ਵਿੱਚ ਕਿੰਨੀ ਜ਼ਮੀਨ ਸੀ ਆਪਣੀ ਸਾਡੀ ਹਾਂਜੀ ਸਾਡੀ ਤਾਂ ਚੌਕੀ ਬੜੀ ਜ਼ਮੀਨ ਸੀ ਹਾਂਜੀ ਜ਼ਿਆਦਾ ਜ਼ਮੀਨ ਕੋਈ 80 ਪੈ ਰਹੀਆਂ ਸੀ 80 ਪੈ ਰਹੀਆਂ ਸੀ ਅਤੇ ਹੋਰ ਬਾਕੀ ਜ਼ਿਆਦਾ ਪਿੰਡ ਦੇ ਵਿੱਚ ਕਿਹਦੀ ਇਸੇ ਤਰ੍ਹਾਂ ਜ਼ਮੀਨ ਸੀ ਉਹ 83 ਬੇਟੇ ਦੇ ਇਹਦੇ ਲੋਕ ਕਿਸੇ ਦੇ ਮੁਰੱਬਾ ਕਿਸੇ ਦੇ 2-2 ਮੁਰੱਬੇ 3-3 ਮੁਰੱਬੇ ਖੂਹਾਂ ਦਾ ਪਾਣੀ ਸੀ ਕਿ ਨਹਿਰੀ ਪਾਣੀ ਨਹੀਂ ਖੂਹਾਂ ਦਾ ਹਾਂ ਤੁਹਾਡੀ ਜ਼ਮੀਨ ਕਿਹੜੇ ਪਾਸੇ ਸੀ ਪਿੰਡ ਦੇ ਸਾਡੀ ਜ਼ਮੀਨ ਸੀ ਚੜ੍ਹਦੇ ਪਾਸੇ ਜਿਹੜੀ ਇਹਨਾਂ ਜਿਹਨੂੰ ਚਾਹੀ ਕਹਿੰਦੇ ਆ ਹਾਂਜੀ ਉਹ ਚੜ੍ਹਦੇ ਪਾਸੇ ਬਾਕੀ ਵਿਰਾਨੀ ਜਿਹੜੀ ਸੀ ਇਹਦੇ ਲਾਂਦੇ ਪਾਸੇ ਸਹੀ ਹੋ ਗਿਆ ਖੂਹ ਤੁਹਾਡਾ ਕਿੱਥੇ ਲੱਗਾ ਸੀ ਸਾਡਾ ਖੂਹ ਸਾਡਾ ਜਿਹੜਾ ਖੂਹ ਜੋ ਬਿਲਕੁਲ ਪਿੰਡ ਦੇ ਨਾਲ ਸੀ ਪਿੰਡ ਦੇ ਨਾਲ ਲੱਗਾ ਬਿਲਕੁਲ ਨਾਲ ਹਾਂ ਮੱਝ ਡੰਗਰ ਸੀ ਉੱਥੇ ਉਹ ਜਾਣੀ ਉਹ ਤੋਂ ਘਰਾਂ 'ਚ ਹੀ ਰੱਖਦੇ ਸੀ ਉੱਥੇ ਹਿੰਦੁਸਤਾਨ 'ਚ ਬਾਕੀ ਵੀ ਪਿੰਡ ਦੇ ਆਲੇ ਦੁਆਲੇ ਵੀ ਖੂਹ ਹੈ ਸਨ ਲੋਕਾਂ ਦੇ ਹਾਂ ਖੂਹ 2-3 ਦੇ ਸੀ ਇੱਕ ਸੀਗਾ ਸੀਗਾ ਉਹਦੇ ਕੀ ਨਾਂ ਹੈਗਾ ਸ਼ਫੀ ਸੀ ਫਿਰ ਉਹਦੇ ਨਾਂ ਕੀ ਆ ਉਹ ਯਾਰ ਜਿਹੜੇ ਆਪਣੇ ਮਮੂਲ ਖਾਂ ਘਰ ਦੇ ਸਾਹਮਣੇ 83 ਫਜ਼ਲ ਸੀ ਹਾਂ ਫਜ਼ਲ ਸੀ ਹਾਂ ਉਹਨਾਂ ਦੇ ਖੂਹ ਸੀ ਹੋਰ ਰਾਈਆਂ ਦੇ ਖੂਹ ਸੀ ਇਸ ਸਾਈਡ 'ਤੇ ਨਾਲ ਮਤਲਬ ਤੁਹਾਨੂੰ ਦੱਸਿਆ ਜਾ ਇੱਕ ਤਾਂ ਸੀਗਾ ਰਸੂਲਪੁਰ ਇੱਕ ਸੀਗਾ ਚਿੱਟੀ ਨਾ ਚਿੱਟੀ ਕਿਉਂ ਕੁੱਲੀਆਂ ਉਹਨਾਂ ਦੇ ਨਾਲ ਹਾਂਜੀ ਬਾਕੀ ਨਾਲ ਸੀਗੇ ਉਹਦੇ ਕੀ ਨਾਂ ਹੈਗਾ ਸਿੰਘਾਂ ਸੀਗੀਆਂ ਫਿਰ ਹੋਰ ਸੀ ਇਸ ਤਰ੍ਹਾਂ ਉਹ ਤਾਂ ਸੀਗਾ ਖੈਰ ਦੇ ਸੀ ਉਹਦਾ ਨਾਂ ਸੀ ਨਾਂ ਭੁੱਲ ਗਿਆ ਸੜਕ ਦੇ ਉੱਤੇ ਸੀ ਜਲੰਧਰ ਨੂੰ ਜਾਂਦੀ ਸੀ ਅਤੇ ਪਿੰਡ ਦੇ ਵਿੱਚ ਮੇਲਾ ਸ਼ੇਲਾ ਲੱਗਦਾ ਸੀ ਨਹੀਂ ਉੱਥੇ ਮੇਲਾ ਨਹੀਂ ਹਾਂ ਮੇਲਾ ਨੇ ਸ਼ਹੀਦ ਹੁੰਦੇ ਉਹ ਸਾਲ ਬਾਅਦ ਆਪਣੇ ਬਜ਼ੁਰਗਾਂ ਦਾ ਖਤਮ ਹੁੰਦਾ ਨੇ ਅਤੇ ਉਹ ਸਾਰੇ ਪਿੰਡ ਨੂੰ ਰੋਟੀ ਵੀ ਖਵਾਉਂਦੇ ਸੀ ਅਤੇ ਖਵਾਉਂਦਾ ਸੀ ਰੋਟੀ ਉਹ ਸਈਦ ਅੱਛਾ ਸਈਦ ਹਾਂਜੀ ਉਹਦਾ ਨਾਂ ਹੈਗਾ ਨਾ ਹੀ ਨਹੀਂ ਹੁਣ ਆਉਂਦੇ ਗਿਆ ਉੱਦਾਂ ਇੱਕ ਚੀਜ਼ ਇੱਕ ਪੀਰ ਬਣਿਆ ਸੀ ਸਾਡੇ ਉੱਥੇ ਪਿੰਡ ਦੇ ਵਿੱਚ ਉਹ ਪਿੰਡੋਂ ਕੋਈ ਤਕਰੀਬਨ ਜਿਵੇਂ ਹੁਣ ਇੱਥੋਂ ਉਹ ਸੁਨਿਆਰਿਆਂ ਦੀ ਬਾਹਰ ਕੀ ਹੈ ਉਹ ਸਾਹਮਣੇ ਅਤੇ ਉੱਥੇ ਉਹ ਮੇਲਾ ਲੱਗਦਾ ਸੀ ਉੱਥੇ ਕਵਾਲੀਏ ਆਉਂਦੇ ਸੀ ਬੜੇ ਲੋਕ ਆਉਂਦੇ ਸੀ ਉੱਥੇ ਦਰਖਤ ਬੜੇ ਯਾਨੀ ਉਹ ਪੀਰ ਆਪਣੇ ਵੱਲੋਂ ਪੀਰ ਬਣਿਆ ਸੀ ਬੰਦਾ ਅਤੇ ਉਹਦੇ ਕੋਈ ਬੰਦੇ ਮਰੀਜ਼ ਬਣੇ ਫਿਰ ਸਾਲ ਬਾਅਦ ਉਹ ਵੀ ਫਿਰ ਉੱਥੇ ਉਹ ਮੇਲਾ ਕਰਾਉਂਦਾ ਸੀ ਨਕਲੀ ਨਹੀਂ ਸੀ ਸਿਰਫ ਕੁਆਲੀ ਨਕਲੀ ਛਕਲੀ ਕੋਈ ਨਹੀਂ ਅਤੇ ਹੋਰ ਕੋਈ ਆਲੇ ਦੁਆਲੇ ਪਿੰਡਾਂ 'ਚ ਲੱਗਦਾ ਸੀ ਮੇਲਾ ਦੇਖਣ ਗਏ ਕੋਈ ਮੇਲਾ ਚੱਲਦਾ
ਉਹ ਲੱਗਦਾ ਸੀ ਦੋ ਤਿੰਨਾਂ ਪਿੰਡਾਂ 'ਚ ਜਿਵੇਂ ਨਸ਼ਹਿਰੇ ਲੱਗਦੀ ਨਾ ਜਮਾਤ, ਇਹਨੂੰ ਕਹਿੰਦੇ ਸਾਨੂੰ ਅਸੀਂ ਕਹਿੰਦੇ ਚੌਂਕੀਆਂ ਉਹਨੂੰ। ਅੱਛਾ। ਉਹ ਦੋ ਪਿੰਡ ਸੀ, ਇੱਕ ਸੀ ਇਸ ਸਾਈਡ 'ਤੇ ਪਿੰਡ ਸੀ ਅਤੇ ਇੱਕ ਸੀ ਸਾਹਮਣੇ, ਇੱਕ ਬੜੀ ਦੂਰ ਸੀ ਵੈਸੇ, ਖਾਨਪੁਰ ਉਹਨੂੰ ਕਹਿੰਦੇ ਸੀ। ਉਹ ਬੜੇ ਬੜੇ ਜਿਵੇਂ ਉਹਨੂੰ ਪੈਦਲ ਹੀ ਜਾਈਦਾ ਸੀ ਅਤੇ ਵੈਸੇ ਜਾਂਦੇ ਲੋਕ ਬੜੇ ਹੁੰਦੇ। ਇਸ ਤਰ੍ਹਾਂ ਇਸ ਤਰ੍ਹਾਂ ਛਿੰਝਾਂ ਪੈਂਦੀਆਂ ਉੱਥੇ, ਬੁਲਾਰਾ ਲਾਉਣਾ, ਉਹਨਾਂ ਘੁਲਣਾ ਅਤੇ ਲੋਕਾਂ ਨੂੰ ਉਹਨਾਂ ਨੂੰ ਪੈਸੇ ਦੇਣੇ, ਉਦੋਂ ਜ਼ਿਆਦਾ ਦਿੰਦੇ ਹੁੰਦੇ ਸੀ ਗੁੜ ਉਸ ਜ਼ਮਾਨੇ। ਹਾਂ, ਮੈਂ ਵੇਖਦਾ। ਸਹੀ ਹੋਇਆ। ਵਿਆਹ ਸ਼ਾਦੀਆਂ ਜਿੱਥੇ ਮੈਂ ਹੋਣੇ ਬੰਦੇ ਉੱਥੇ ਵਿਆਹ ਸ਼ਾਦੀਆਂ ਤਾਂ ਹੋਣੀਆਂ ਹੀ। ਨਹੀਂ ਦੱਸੋ ਨਾ ਆਪਣੇ ਬਚਪਨ ਦੇ ਵਿੱਚ, ਹੁਣ ਤਾਂ ਅੱਜ ਕੱਲ੍ਹ ਇੱਕ ਦਿਨ 'ਚ ਬਰਾਤ ਜਾਂਦੀ ਹੈ। ਉਹ ਦੇਖੋ ਜੀ, ਉਹ ਤਾਂ ਇਹ ਸੀ ਵੀ ਸ਼ਾਮ ਨੂੰ ਵਿਆਹੀ ਦੀ ਸੀ ਬਰਾਤ ਅਤੇ ਦਿਨ ਨੂੰ ਫਿਰ ਉੱਥੇ ਰਹਿਣਾ, ਉਹਨਾਂ ਨੂੰ ਖਾਣਾ ਛਾਣਾ ਖਾਣਾ, ਫਿਰ ਸ਼ਾਮ ਨੂੰ ਵੀ ਖਾਣਾ ਅਤੇ ਦੂਜੇ ਦਿਨ ਵੀ ਜਾਂ ਤੀਜੇ ਦਿਨ ਆਉਂਦੇ ਹੁੰਦੇ ਜਿੰਨੇ ਵੀ ਰਾਜਪੂਤਾਂ ਨੇ ਹੁੰਦੇ ਸੀ ਨਾ। ਦੋ ਦਿਨ ਰਾਤ ਉੱਥੇ ਰਹਿੰਦੀ, ਪਹਿਲਾਂ ਰਾਤ ਨੂੰ ਜਦੋਂ ਜਾਣਾ ਅਤੇ ਫਿਰ ਦਿਨ ਸਾਰਾ। ਅੱਛਾ, ਉਹ ਸਫ਼ਰ ਦੇ ਵਾਸਤੇ ਰਹਿੰਦੀ ਸੀ ਕਿ ਐਡਾ ਲੰਬਾ ਸਫ਼ਰ ਕਰਕੇ ਜਾਣਾ ਕਿ ਨਜ਼ਦੀਕ ਵੀ ਹੋਵੇ ਫਿਰ ਵੀ ਦੋ ਦਿਨ ਰਹਿੰਦੀ ਸੀ? ਉਹ ਤਾਂ ਦੂਰ ਜਾਂਦੇ ਨੇ 10-7 ਮੀਲ ਜਾਂ 10 ਮੀਲ ਦੇਖਦੇ ਜਾਂ 5 ਮੀਲ, ਹੁਣ ਜਿਹੜਾ ਨਕੋਦੇ ਸੀ ਸਾਤੋਂ 4 ਯਾਨੀ ਮੀਲ ਸੀਗਾ ਅਤੇ ਨਾਲ ਇਹਨਾਂ ਦਾ ਪਿੰਡ ਸੀਗਾ ਅਤੇ ਆਪਣੇ ਜਲਾਲਦੀਨ ਨੰਬਰਦਾਰ ਕੇ ਨਾ, ਇਹਨਾਂ ਦਾ ਯਾਨੀ ਪਿੰਡ ਸੀਗਾ, ਨਾਲ ਮੰਡਿਆਲਾ। ਉਹ ਇਸ ਤਰ੍ਹਾਂ ਫਿਰ ਜ਼ਿਆਦਾ ਸਾਡੇ ਜਿਹੜੇ ਰਿਸ਼ਤੇਦਾਰ ਸੀ ਉਹ ਇਹ ਯਾਨੀ ਮੰਡਿਆਲੇ ਅਤੇ ਸਿੰਬੇ, ਇੱਕ ਧਾਲਾ ਪਿੰਡ ਸੀ ਜਲੰਧਰ ਤੋਂ ਪਾਲੀ ਸਾਈਡ 'ਤੇ, ਉਹ ਵਾਹਵਾ ਸੀ ਕੋਈ 10-12 ਮੀਲ ਸੀ ਉਹ ਜਿਹੜੇ ਉੱਥੇ ਵੀ ਜਦੋਂ ਕਿ ਵਿਆਹ ਹੋਵੇ। ਹੁਣ ਇੱਥੇ ਹਕੀਮ ਮਾਸਟਰ ਆ ਸੀਗਾ ਨਾ ਨਿਆਮਤ ਖਾਂ, ਇਹ ਹੈਗਾ ਜਲਾਲਦੀਨ ਨੰਬਰਦਾਰ ਦੇ ਪਿੰਡ ਦੇ, ਇੱਥੋਂ ਜੰਨ ਗਈ ਸੀ ਅਤੇ ਉੱਥੇ ਜਾਂਦੀ ਸੀ ਗੱਡੀ ਜਿਹੜੀ ਆ ਸਵਾਰੀ ਦੀ, ਇਹ ਉੱਥੋਂ ਉੱਥੇ ਗਏ। ਅਸੀਂ ਵੈਸੇ ਜਦੋਂ ਗਏ ਸਾਡੀ ਜਿਹੜੀ ਲੜਕੀ ਉਹ ਸੀ ਨਿਆਮਤ ਖਾਂ ਦੇ ਘਰੋਂ, ਉਹ ਭਾਣਜੀ ਲੱਗਦੀ ਸੀ ਅਤੇ ਉਹਨੂੰ ਕਹਿੰਦੇ ਨਾਨਕੀ ਛੱਕ, ਉਹਨੂੰ ਕਹਿੰਦੇ ਸੀ, ਉਹਨੂੰ ਕਹਿੰਦੇ ਵਿੱਚ ਦਾਣੇ ਆਟਾ ਜੇ ਵਜਨ ਜੋ ਕੁਛ ਵੀ ਬੱਚਿਆਂ ਨੂੰ ਦਿੰਦੇ ਉਹ ਫਿਰ ਨਾਨਕੇ ਲਿਆਉਂਦੇ ਹੁੰਦੇ ਉਸ ਜ਼ਮਾਨੇ 'ਚ। ਅਤੇ ਅਸੀਂ ਵੀ ਫਿਰ ਗੱਡੇ 'ਤੇ ਲਗਾਇਆ ਸੀ, ਗੱਡਾ ਜਿਹੜਾ ਬਾਲ ਜੋੜ ਕੇ ਨਾ ਉਹ ਗੱਡੇ 'ਤੇ ਗਏ ਸੀ। ਸ਼ਾਮ ਨੂੰ ਘਰੋਂ ਚੱਲੇ ਹਾਂ ਅਤੇ ਸੁਬਾਹ ਹੋ ਗਈ ਸੀ ਉੱਥੇ ਪਹੁੰਚਦੇ। ਅੱਛਾ, ਹਾਂਜੀ। ਤੁਸੀਂ ਜਲੰਧਰ ਜਾਂਦੇ ਰਹੇ? ਦੇਖਿਆ ਜਲੰਧਰ, ਮੈਂ ਛੋਟਾ ਜਿਹਾ ਸੀ, ਮੇਰਾ ਵੱਡਾ ਭਰਾ ਜਿਹੜਾ ਸੀ ਨਾ ਉਹਨੂੰ ਅਸੀਂ ਮਕਾਨ ਬਣਾਉਂਦੇ ਸੀ, ਉਦੋਂ ਮਕਾਨ ਕੱਚੇ ਬਣਾਏ, ਇੱਟਾਂ ਜਿਹੜੀਆਂ ਉਦੋਂ ਸਿਰਫ ਬਾਰੀਆਂ ਵਾਸਤੇ ਲਿਆਉਣੀ ਸੀਗੀ ਲੱਕੜ ਉੱਥੋਂ ਜਲੰਧਰ। ਉਹ ਫਿਰ ਉਦੋਂ ਸਾਈਕਲ ਚੱਲਦਾ ਸੀ ਸਾਡੇ ਕੋਲ, ਸਾਈਕਲ ਉਹਨੇ ਆਮ ਬੰਦੇ ਕੋਲ ਨਹੀਂ, ਉਦੋਂ ਸਾਡੇ ਕੋਲ ਵੈਸੇ ਸਾਈਕਲ ਸੀ ਉਹਨੂੰ। ਉਹ ਮੈਨੂੰ ਵਹਾ ਕੇ ਤਾਂ ਲੈ ਗਿਆ ਜੀ ਆਪਣੇ ਨਾਲ ਜਲੰਧਰ, ਅਤੇ ਮੈਂ ਉਹਨੂੰ ਛੋਟਾ ਜਿਹਾ, ਫਿਰ ਮੈਨੂੰ ਉਹਨੂੰ ਉਹਦੇ ਨਾਂ ਕਿ ਉੱਥੋਂ ਬਰਫੀ ਵੀ ਖਵਾਈ, ਫਿਰ ਇੱਕ ਭਾਣੂਆਂ ਦਾ ਇੱਕ ਬਾਜ਼ਾਰ ਸੀ ਉਹ ਉੱਥੇ ਕਹਿਣਗੇ ਇੱਥੇ ਨਹੀਂ ਜਾਈਦਾ ਇਹ ਬਲਾ ਇੱਥੇ ਰਹਿੰਦੀ ਹੈ, ਯਾਨੀ ਉਹ ਮਸ਼ਹੂਰ ਸੀ। ਅਤੇ ਇਸੇ ਤਰ੍ਹਾਂ ਆਮ ਨਾਸਰ ਇੱਕ ਉੱਥੇ ਕਬਰਸਤਾਨ ਸੀ ਉਹਦਾ ਬੜੀ, ਯਾਨੀ ਜਿਵੇਂ ਹੁਣ ਦਾਤਾ ਦਰਬਾਰ ਹੈ ਨਾ, ਇੰਨੀ ਸੀ ਮੇਲਾ ਲੱਗਦਾ। ਪਰ ਅਸੀਂ ਨਹੀਂ ਦੇਖੇ ਐਵੇਂ ਆਵਾਂਗੇ ਕਿਉਂਕਿ ਹੈ ਛੋਟੇ, ਸਾਨੂੰ ਕੌਣ ਨਾਲ ਜਾਂਦਾ ਨਾਲ, ਕਿਉਂਕਿ 8 ਮੀਲ ਸੀ ਸਾਤੋਂ ਜਿਹੜਾ ਸਾਡੇ ਪਿੰਡ ਤੋਂ ਜਲੰਧਰ ਜਿਹੜਾ 8 ਮੀਲ। ਉਸੇ ਜ਼ਮਾਨੇ 'ਚ ਕਬੱਡੀ ਖੇਡਦੇ ਸੀ ਜ਼ਿਆਦਾ, ਯਾਨੀ ਕਬੱਡੀ ਖੇਡਦੇ ਸੀ ਉਸ ਜ਼ਮਾਨੇ 'ਚ। ਉੱਥੇ ਬਾਕੀ ਹੋਰ ਤਾਂ ਕੁਛ ਹੈ ਨਹੀਂ, ਕਬੱਡੀ ਹੁੰਦੀ, ਮੁੰਡੇ ਆਪਸ ਵਿੱਚ ਖੇਡਦੇ ਹੁੰਦੇ ਸੀ। ਦੱਸੋ ਜਦੋਂ ਪਾਰਟੀਸ਼ਨ ਦੀ ਵੰਡ ਦੀ ਗੱਲ ਹੋ ਗਈ, ਪਤਾ ਲੱਗ ਗਿਆ ਤੁਹਾਡੇ ਪਿੰਡ ਵਾਲਿਆਂ ਨੂੰ, ਅਤੇ ਤੁਹਾਡੇ ਬਜ਼ੁਰਗਾਂ ਨੂੰ ਕਿੱਦਾਂ ਪਤਾ ਲੱਗਿਆ ਜਾਂ ਆਪਸ 'ਚ ਕਿੱਦਾਂ ਗੱਲਬਾਤ ਕੀਤੀ ਕਿ ਪਿੰਡ ਅਸੀਂ ਛੱਡ ਦੇਣਾ? ਉਹ ਤਾਂ ਦੇਖੋ ਜੀ, ਜਿਹੜੇ ਸੀ ਨਾ ਕੀ ਨੇ ਮੁਲਾਜ਼ਮ ਸੀਗੇ ਜਾਂ ਫੌਜ ਸੀਗੇ ਜਾਂ ਉਹਨੂੰ ਵੀ ਵੈਸੇ ਹੁਣ ਇਹੋ ਜਿਹੀ ਗੱਲ ਦਾ ਨਹੀਂ ਸਮਝੀ ਉਹ ਕਿਵੇਂ ਹੋਇਆ ਸੀ, ਬਾਰਾਂ 'ਚ ਉਹ ਵੋਟਾਂ ਵਾਟਾਂ ਪਈਆਂ ਸੀ ਜਾਂ ਜੋ ਕੁਛ ਹੋਇਆ ਸੀ ਉਹਦੇ ਹਿਸਾਬ ਨਾਲ ਹੀ ਹੋਇਆ। ਅਤੇ ਲੋਕ ਜਦੋਂ ਫਿਰ ਇਹ ਆਵਾਜ਼ ਆਈ ਵੀ ਪਾਕਿਸਤਾਨ ਬਣ ਗਿਆ ਅਤੇ ਹੁਣ ਇਹਨੇ ਤੁਸੀਂ ਲਾਹੌਰ ਵੱਲ ਪਾਸੇ ਜਾਣੀ ਪਾਕਿਸਤਾਨ ਜਾਣਾ, ਉਹ ਵੀ ਵਾਹਵਾ ਚਿਹਰੇ ਉੱਥੋਂ ਨਾ ਕਿ ਮਹੀਨਿਆਂ ਦੋ ਲਾਇਆ ਸੀ ਉਦੋਂ ਉੱਠੇ ਹਾਂ, ਕੋਈ ਤਕਰੀਬਨ ਅੱਜ ਉਹਨੂੰ ਸਾਉਣ ਭਾਦੋ ਸੀ, ਮੀਂਹ ਪੈਂਦੇ ਸੀ ਅਤੇ ਉੱਥੇ ਅਸੀਂ ਇੱਕ ਪਿੰਡ ਸੀ ਪ੍ਰਤਾਪਰਾ, ਉੱਥੇ ਸਾਡਾ ਕੈਂਪ ਲੱਗਾ ਸੀ। ਉੱਥੇ ਨਹੀਂ ਅਸੀਂ ਦਿਨੇ ਹੀ ਨਿਕਲੇ,
ਸਾਨੂੰ ਕਿਸੇ ਕੁਝ ਨਹੀਂ ਆਖਿਆ, ਸਾਡੇ ਕੋਲ ਸਮਾਨ ਆਪਣਾ ਲੈ ਕੇ ਨਿਕਲੇ, ਹਾਂ ਸਾਡੇ ਕੋਲ ਸਮਾਨ ਆਪਣਾ ਜਾਣੀ ਬਹੁਤ ਨਹੀਂ, ਥੋੜ੍ਹਾ ਬੜਾ ਜਿੰਨਾ ਵੀ ਸੀ ਨਾ ਸਾਡੇ ਕੋਲ ਅਸਲਾ ਸੀ, ਸਾਡੇ ਹੁਣ ਸਿੱਖ ਆਉਂਦੇ ਸੀਗੇ ਪਿੰਡ ਦੇ ਵਿੱਚ, ਹਮਲਾ ਹੋਇਆ ਸੀ ਕੋਈ? ਨਹੀਂ, ਸਾਡੇ ਪਿੰਡ 'ਤੇ ਨਹੀਂ ਹਮਲਾ ਹੋ ਸਕਿਆ। ਜਦੋਂ ਅਸੀਂ ਉਹ ਪਿੰਡ ਦੇ ਵਿੱਚ ਜਾ ਕੇ ਨਾ ਸਾਰਾ ਪਿੰਡ ਉਸ ਪਿੰਡ ਉੱਥੇ ਬਹਿ ਗਏ, ਫਿਰ ਇਹ ਹਮਲਾ ਹੋਇਆ। ਇੱਕ ਜਦੋਂ ਹਮਲਾ ਹੋਇਆ ਅਤੇ ਉਹਦੇ ਸਾਡੇ ਕੋਲ ਸੀ ਬੰਦੂਕਾਂ ਪੱਕੀ ਸੀ, ਇੱਕ ਤਾਂ 11 ਗੋਲੀ ਸੀ ਅਤੇ ਇੱਕ ਸੀਗੀ ਸਿੰਗਲ ਗੋਲੀ ਸੀ, ਅਤੇ ਉੱਦਾਂ ਅਸੀਂ ਬਣਾਈਏ ਸੀ ਪਿਸਤੌਲ ਕੀ ਤਾਂ ਕੀ ਹੁੰਦੀ ਹੈ ਵੱਡੀ ਤੋਪ ਬਣਾਈ ਸੀ, ਹਾਂਜੀ ਤੋਪ ਖੁਦ ਬਣਾਈ ਹੈ ਸਾਡੇ ਜਿਹੜੇ ਬੰਦੇ ਫੌਜ ਸੀ ਨਾ, ਹਾਂਜੀ ਅਤੇ ਉਹਨਾਂ ਨੂੰ ਉਹ ਬਣਾਈਆਂ ਸੀ। ਜਦੋਂ ਅਸੀਂ ਚਲਾਉਂਦੇ ਸੀ ਨਾ ਕੋਈ ਸਿੱਖ ਸਾਡੇ ਲਾਗੇ ਨਹੀਂ ਸੀ ਲੱਗਿਆ, ਨਹੀਂ ਜੀ ਪਾਰਟੀ ਵਿੱਚ ਬਣਾਈਆਂ, ਹਾਂਜੀ ਉਹ ਫੌਜ ਤੋਂ ਜੀ, ਉਹ ਫਿਰ ਉੱਥੋਂ ਆ ਗਏ, ਹਾਂਜੀ ਉਹਨਾਂ ਫਿਰ ਲਾਹੌਰ ਟਰੱਕ ਵੀ ਲੈ ਕੇ ਆਇਆ ਸੀ। ਅੱਛਾ ਫਿਰ ਤੁਸੀਂ ਉਸ ਪਿੰਡੋਂ ਆਪਣੇ ਨਿਕਲ ਕੇ ਕਿਹੜੇ ਪਿੰਡ ਜਾ ਕੇ ਬੈਠੇ? ਮੈਂ ਤੁਹਾਨੂੰ ਦੱਸਿਆ ਸੀ ਸਿੰਘਾਂ ਸੀ ਪਿੰਡ, ਉੱਥੇ ਜਾ ਕੇ ਬੈਠੇ, ਉੱਥੇ ਜਾ ਕੇ ਬੈਠੇ। ਉੱਥੇ ਵੀ ਇਹ ਹੁਕਮ ਹੋਇਆ ਵੀ ਇੱਥੋਂ ਬਾਅਦ ਸੜਕ ਦੇ ਉੱਤੇ ਆਓ, ਤੁਹਾਨੂੰ ਉੱਧਰ ਲਿਜਾਣਾ ਵਾ ਪਾਕਿਸਤਾਨ। ਉੱਥੇ ਕਿੰਨੀ ਗੁਮਾਮ ਬੈਠੀ ਸੀ? ਉੱਥੇ ਤਾਂ ਬਹੁਤ ਚੁੱਖੇ ਬੜੇ ਬੰਦੇ, ਪਿੰਡ ਹੋਰ ਬਹੁਤ ਪਿੰਡ ਆ ਗਿਆ ਉੱਥੇ ਬੈਠੇ ਸੀ, ਚੁੱਖੇ ਬੜੇ ਜਾਣੀ ਕਮ ਸੇ ਕਮ ਹਜ਼ਾਰਾਂ ਲੋਕ। ਅਤੇ ਨਾਲ ਦੇ ਪਿੰਡਾਂ 'ਚ ਹਮਲਾ ਤਾਂ ਨਹੀਂ ਕੀਤਾ ਸਿੱਖਾਂ ਨੇ? ਨਾਲ ਦੇ ਕਈਆਂ 'ਚ ਹੋਇਆ ਸੀ, ਅੱਛਾ ਹਾਂਜੀ, ਲੇਕਿਨ ਸਿਰਫ ਸਾਡੇ 'ਤੇ ਨਹੀਂ ਸੀ ਹੋਇਆ। ਤੁਹਾਡੇ ਦੇ ਉੱਤੇ ਤਾਂ ਨਹੀਂ ਹਮਲਾ ਹੋਇਆ? ਨਾ ਬਿਲਕੁਲ। ਮਾਲ ਡੰਗਰ ਆਪਣਾ ਫਿਰ ਛੱਡ ਕੇ ਆਏ? ਮਾਲ ਮਾਲ ਛੱਡ ਦਿੱਤਾ ਸੀ, ਉੱਥੇ ਹੀ ਹਰ ਸੀ। ਮਾਲ ਡੰਗਰ ਕਿੱਥੋਂ ਨਾਲ ਚਾਹੀਦਾ? ਜਿਨ੍ਹਾਂ ਦੇ ਜਿਹੜੇ ਗੱਡੇ ਸੀਗੇ, ਹਾਂਜੀ, ਉਹਨਾਂ ਨੇ ਆਪਣੇ ਜਿਹੜੇ ਢੱਗੇ ਦੋ ਦੋ ਹੀ ਹੁੰਦੇ ਆ, ਇੱਕ ਉਹ ਉਹਨਾਂ ਨੇ ਉੱਤੇ ਸਮਾਨ ਲੱਦੇ ਆ ਤਾਂ ਆਪਣੇ। ਤੁਸੀਂ ਆਪਣੇ ਗੱਡਿਆਂ 'ਚ ਆਏ? ਹਾਂਜੀ ਅਸੀਂ ਗੱਡੇ। ਸਹੀ ਹੋ ਗਿਆ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਸ ਪਿੰਡ ਬੈਠੇ, ਉਸ ਤੋਂ ਬਾਅਦ ਕੈਂਪ 'ਚ ਜਾ ਕੇ ਬੈਠੇ? ਉੱਥੋਂ ਹਾਂ ਫਿਰ ਕੈਂਪ 'ਚ ਜਾ ਕੇ ਬੈਠੇ। ਕਿੱਥੇ ਲੱਗਾ ਸੀ? ਪ੍ਰਤਾਪਪੁਰ। ਪ੍ਰਤਾਪਪੁਰ, ਹਾਂਜੀ। ਉੱਥੇ ਕਿੰਨੇ ਦਿਨ ਬੈਠੇ ਰਹੇ ਕੈਂਪ? ਉੱਥੇ ਮਹੀਨਾ ਸਭਾ ਬੈਠੇ ਰਹੇ। ਕੀ ਮਿਲਦਾ ਸੀ ਖਾਣ ਨੂੰ? ਖਾਣ ਨੂੰ ਕੀ, ਉੱਥੇ ਤਾਂ ਹਾਲ ਹੀ ਕੋਈ ਨਹੀਂ ਖਾਣ ਨੂੰ, ਪਰ ਜਿਵੇਂ ਕਿ ਉੱਥੇ ਕੁਝ ਬੱਕਰੇ ਬੁੱਕਰੇ ਸੀਗੇ, ਜੇ ਗੋਸ਼ਤ ਉੱਥੇ ਲੱਭਦਾ ਹੀ ਨਹੀਂ, ਫਿਰ ਜਿਵੇਂ ਛੁਪ ਕਿ ਬੇਹੀਆਂ ਰੋਟੀਆਂ। ਅੱਛਾ। ਹਾਂਜੀ, ਜੇ ਥੋੜ੍ਹਾ ਬੜਾ ਸਮਾਨ 'ਚ ਪਕਾਉਂਦੇ ਸੀਗੇ ਅਤੇ, ਪਰ ਹਾਲ ਕੋਈ ਨਹੀਂ, ਇੱਕ ਉਹਨੂੰ ਬੀਹ ਪੈਣ ਲੱਗ ਪਿਆ। ਅੱਛਾ। ਉਹ ਇੰਨਾ ਬਾਰਿਸ਼ ਹੋਈ ਵੀ ਜਿਹੜੇ ਨਾ ਪੈਦੇ ਸੀਗੇ ਚਾਦਰਾਂ ਦੇ ਫੇਸਾਂ ਨੇ ਬਣਾਇਆ ਸੀ ਤੰਬੂ, ਉਹ ਚੋਣ ਲੱਗ ਪਿਆ। ਫਿਰ ਉਹਨੇ ਨਾਲ ਜਿਹੜਾ ਪਿੰਡ ਸੀ, ਰਾਤ ਨੂੰ ਉੱਥੇ ਗਏ ਬੱਚੇ ਸੀ, ਅਸੀਂ ਛੋਟੇ ਸੀ, ਵੱਡੇ ਵੀ, ਇਹ ਪਾਲਾ ਲੱਗੇ ਬੜਾ, ਉਹ ਫਿਰ ਇੱਕ ਤੂੜੀ ਵਾਲਾ ਉੱਥੇ ਬੜੇ ਸੀ ਜਾ ਕੇ, ਉੱਥੇ ਵੀ ਨਿੱਘ ਆਇਆ। ਕਿਹੜਾ ਪਿੰਡ ਸੀ ਜਿੱਥੇ? ਪ੍ਰਤਾਪਪੁਰਾ। ਬੈਠੇ ਗਏ ਅਸੀਂ ਤਾਂ ਬੈਠੇ, ਡੋਕੀ ਬਾਕੀ ਲੋਕ ਵੀ ਹੋਣਗੇ ਵਾਲੇ, ਚੰਦ ਬੰਦੇ ਅਸੀਂ ਤਾਂ ਸੀ, ਮੁੰਡੇ ਜਾਂ ਬੱਚੀਆਂ ਸੀਗੀਆਂ ਸਾਡੇ ਨਾਲ। ਉਸ ਤੋਂ ਬਾਅਦ ਫਿਰ ਕੈਂਪ 'ਚੋਂ ਕਿਵੇਂ ਨਿਕਲੇ ਬਾਹਰ? ਪੂਰਾ ਕੈਂਪ ਤੁਰਿਆ ਉੱਥੋਂ? ਕਾਫਲਾ ਅਸੀਂ ਤਾਂ ਖੈਰ ਟਰੱਕਾਂ 'ਤੇ ਆਏ ਹਾਂ। ਅੱਛਾ। ਅੱਜ ਤਾਂ ਸੀਗਾ ਨਾ ਇਹ ਆਪਣਾ ਸਦਰ ਜੈਲ ਹੱਕ, ਉਹਦਾ ਪਿੰਡ ਸੀ ਪ੍ਰਤਾਪਪੁਰਾ, ਪ੍ਰਤਾਪਪੁਰਾ ਉਹਨਾਂ ਦਾ ਪਿੰਡ, ਜਲੰਧਰ ਦੇ ਨਾਲ ਸੀ। ਹਾਂਜੀ। ਹਾਂ, ਅਤੇ ਉੱਥੇ ਫਿਰ ਜਦੋਂ ਉੱਥੇ ਸਾਨੂੰ ਸਿੱਟਿਆ ਇੱਥੋਂ ਇਸ ਕੈਂਪ 'ਚੋਂ ਚੁੱਕ ਕੇ, ਜਿਹੜਾ ਸੀ ਨਾ ਸਿੰਘਾਂ ਵਾਲਾ ਕੈਂਪ, ਇੱਥੋਂ ਚੁੱਕ ਕੇ ਸਾਡਾ ਜਿਹੜਾ ਭਾਈ ਦੋ ਟਰੱਕ ਲਿਆ, ਉਹ ਅਸੀਂ ਜਿੰਨੇ ਵੀ ਆਪਣੇ ਰਿਸ਼ਤੇਦਾਰ ਸੀ ਨਾ, ਪਹਿਲਾਂ ਅਸੀਂ ਆਪ ਖੁਦ ਹੀ ਸਾਨੂੰ ਲੈਣ ਆਇਆ ਸੀ, ਤਾਂ ਉਹ ਕੋਈ ਲੋਕ ਜਿਹੜੇ ਸੀ ਉਹ ਵੀ ਸਾਨੂੰ ਛੱਡ ਦਿੰਦੇ ਹੋ ਤਾਂ ਅਸੀਂ ਕੀ ਕਰਾਂਗੇ। ਫਿਰ ਉਹ ਜਿੰਨੇ ਵੀ ਰਿਸ਼ਤੇਦਾਰ ਦੇ ਸਾਰਿਆਂ ਨੂੰ ਫਿਰ ਉੱਥੇ ਲਾ ਕੇ ਉੱਥੇ ਸੁੱਟਿਆ। ਉੱਥੇ ਵੀ ਗੱਡੀ ਆਈ ਜਿਹੜੀ ਹੈਗੀ ਆ, ਹਾਂਜੀ, ਮਾਲ ਗੱਡੀ, ਦੂਜੀ ਗੱਡੀ ਤਾਂ ਅਸੀਂ ਤਾਂ ਦੇਖੀ ਨਹੀਂ ਬੰਦਾ ਆ ਕੇ, ਪਹਿਲਾਂ ਜਦੋਂ ਨਾ ਕੀ ਆ, ਹਾਂ ਉੱਥੇ ਆਈ ਅਤੇ ਆ ਕੇ ਤਾਂ ਉਹਦੇ ਵਿੱਚ ਬੈਠੇ, ਕੋਈ ਉੱਤੇ ਕੋਈ ਥੱਲੇ, ਇਸ ਤਰ੍ਹਾਂ ਬਹਿ ਗਏ। ਫਿਰ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਅਗਲੇ ਪਾਸੇ ਆਏ ਨਾ, ਉੱਥੇ ਖੜੀ ਹੋ ਗਈ, ਉੱਥੇ ਕਹਿ ਉੱਥੇ ਪਾਣੀ ਵੀ ਨਾ ਲੈਣ ਦੇਣ ਸਾਨੂੰ, ਜਿਵੇਂ ਉੱਥੇ ਨਲਕੇ ਲੱਗੇ ਸੀ ਉਸ ਜ਼ਮਾਨੇ 'ਚ, ਉਹਨਾਂ ਜ਼ਮਾਨੇ ਉਹ ਖੈਰ ਫਿਰ ਮਾੜਾ ਮੋਟਾ ਲੈ ਕੇ ਫਿਰ ਪਾਕਿਸਤਾਨ ਨੂੰ ਗਈ ਆਈ ਫੌਜ, ਹਵਾਈ ਜਹਾਜ਼ ਵੀ ਚੰਨ ਕੇ ਅਤੇ ਨਾਲ ਮਿਟੀ, ਅਤੇ ਫਿਰ ਉਹ ਅਸੀਂ ਇੱਥੇ ਲਾਹੌਰ ਪਹੁੰਚੇ। ਅੱਛਾ। ਟ੍ਰੇਨ ਉੱਥੇ ਰੁਕ ਗਈ ਸੀ? ਹਾਂ, ਰੁਕ ਗਈ। ਹਾਂ, ਉਹਨਾਂ ਨੇ ਜਾ ਕੇ ਲਿਆ ਜੀ।
ਉਹਨਾਂ ਨੇ ਇੱਥੇ ਜਦੋਂ ਆਏ ਪਾਕਿਸਤਾਨ ਪਹੁੰਚ ਗਏ ਤੁਸੀਂ ਹਾਂਜੀ ਆਪਣਾ ਸਾਰਾ ਕੁਝ ਛੱਡ ਛਡਾ ਕੇ ਇੱਥੇ ਆ ਕੇ ਕਿੱਥੇ ਬੈਠੇ ਪਹਿਲੇ ਅਸੀਂ ਜ਼ਿਆਦਾਤਰ ਪਹਿਲਾਂ ਇੱਥੋਂ ਜਿਉਂ ਉਹ ਗੱਡੀ ਦੇ ਜਿਹੜੀ ਸੀ ਨਾ ਉਹ ਸਾਹੀਵਾਲ ਜਾ ਕੇ ਉੱਤਰੇ ਸਾਹੀਵਾਲ ਜਾ ਕੇ ਉੱਤਰੇ ਅੱਛਾ ਜਿਹੜੇ ਉੱਥੇ ਆਏ ਆਪਣੇ ਪਾਕਪਟ ਸ਼ਰੀਫ ਵਾਲੇ ਨਾ ਪੀਰ ਸੀ ਜਿਹੜੇ ਸਾਡੇ ਪਿੰਡ ਦੇ ਬੰਦੇ ਬਹੁਤੇ ਜ਼ਿਆਦਾ ਸੀ ਉਹ ਇਹਨਾਂ ਦੇ ਬਹੁਤ ਮੌਤ ਕਰ ਸੀ ਜਦੋਂ ਸਾਹੀਵਾਲ ਉਹ ਕਹਿਣ ਲੱਗੇ ਅਸੀਂ ਤਾਂ ਪੀਰਾਂ ਕੋਲ ਜਾਣਾ ਅਤੇ ਅਸੀਂ ਇਹ ਪੀਰਾਂ ਦੇ ਬੰਦਾ ਖਿਲਾਫ ਸੀ ਉਸ ਹਿੰਦੁਸਤਾਨ 'ਚ ਵੀ ਅਸੀਂ ਕਿਹਾ ਅਸੀਂ ਤਾਂ ਨਹੀਂ ਜਾਣਾ ਅਸੀਂ ਨਹੀਂ ਜਾਣਾ ਉਹ ਅੱਧੇ ਜੇ ਸਾਡੇ ਵੀ ਦੋ ਜਿਹੜੇ ਕਰੀਬੀ ਰਿਸ਼ਤੇਦਾਰ ਸੀ ਉਹ ਵੀ ਉਹਨਾਂ ਦੇ ਨਾਲ ਤੁਰ ਗਏ ਅਸੀਂ ਵੀ ਉੱਥੋਂ ਦੁਬਾਰਾ ਬੈਠੇ ਹਾਂ ਅਤੇ ਆ ਗਏ ਇੱਥੇ ਬਦਾਮੀ ਬਾਗ ਰਾਤ ਨੂੰ ਅਸੀਂ ਇੱਥੇ ਆ ਗਏ ਵਾਪਸ ਵੀ ਉੱਥੇ ਜਦੋਂ ਰੋਟੀ ਪਾਣੀ ਖਾਧਾ ਜਦੋਂ ਥੋੜ੍ਹਾ ਬਾਲਾ ਉਹ ਸਾਰਿਆਂ ਨੂੰ ਹੈਜਾ ਹੋ ਗਏ ਉਲਟੀਆਂ ਅਤੇ ਪੋਟੀਆਂ ਪੂਰੀ ਫੈਮਿਲੀ ਨੂੰ ਉਹ ਵੀ ਇਹ ਹੋਇਆ ਵੀ ਸਾਡਾ ਜੇ ਮੇਰਾ ਜਿਹੜਾ ਵੱਡਾ ਭਰਾ ਸੀ ਤੁਸੀਂ ਤਾਂ ਉਹਨੂੰ ਜਾਣਦੇ ਹੋ ਤੁਹਾਡੇ ਪਿੰਡ ਦੇ ਬਹੁਤ ਬੰਦੇ ਹੁਣ ਅਤਾਬ ਅਹਿਮਦ ਦਾ ਨਾਂ ਸੀ ਉਹ ਸੀ ਅਤੇ ਇੱਕ ਸਾਡਾ ਬਨੋਈ ਸੀ ਉਹ ਫਿਰ ਲਾਹੌਰ ਗਏ ਅਤੇ ਉਹਨਾਂ ਨੂੰ ਫਿਰ ਦਾਲ ਚੀਨੀ ਵੱਡੀ ਇਲਾਇਚੀ ਇਹੋ ਜਿਹੀਆਂ ਚੀਜ਼ਾਂ ਲਿਆ ਸਾਰਿਆਂ ਨੂੰ ਪਿਆਈਆਂ ਅਤੇ ਫਿਰ ਸਵਖਤੀ ਉੱਥੋਂ ਉੱਠ ਕੇ ਵੀ ਚਲੇ ਚੁਣੇ ਸਾਰਿਆਂ ਨੂੰ ਮਰ ਜਾਣਾ ਇੱਥੇ ਫਿਰ ਗੱਡੀ 'ਚ ਬੈਠੇ ਫਿਰ ਅੱਜ ਅਸੀਂ ਆ ਗਏ ਇੱਥੇ ਸ਼ੇਖਪੁਰ ਆ ਕੇ ਜਗ੍ਹਾ ਜੀ ਖੁੱਲ੍ਹੀ ਜੀ ਉੱਥੇ ਆ ਕੇ ਸਭ ਕੁਛ ਸਮਾਨ ਕੋਲ ਰੱਖਿਆ ਲੈ ਗਿਆ ਫਿਰ ਉਹ ਕਹਿਣ ਲੱਗੇ ਹੁਣ ਕਿੱਧਰ ਚੱਲੀਏ ਫਿਰ ਕੋਈ ਬੰਦਾ ਆਇਆ ਉਹਨੂੰ ਸੁਨੇਹਾ ਦਿੱਤਾ ਵੀ ਤੁਹਾਡਾ ਮਾਮਾ ਜਿਹੜਾ ਨਾ ਉਹ ਤੁਹਾਨੂੰ ਲੱਭਦਾ ਫਿਰਦਾ ਅਸੀਂ ਜਿਹੜੇ ਆਪਣੀ ਜਿੰਨੇ ਕਿ ਆਪਾਂ ਬੰਦੇ ਸੀ ਉਹ ਫਿਰ ਅਸੀਂ ਉੱਥੋਂ ਫਿਰ ਉੱਠੇ ਸ਼ੇਖਪੁਰ ਉਹਦੇ ਵਿੱਚ ਬੇਟੇ ਬਚਿਆਣੇ ਉੱਥੇ ਨਾ ਕਿ ਉੱਥੇ ਉੱਤਰੇ ਜਾ ਕੇ ਬਚਿਆਣਾ ਜੀ ਨਾ ਸਟੇਸ਼ਨ ਬਚਿਆਣਾ ਸਟੇਸ਼ਨ ਹੈ ਕਿ ਇਹਦੇ ਨਾਂ ਕੀ ਹੈਗਾ ਨਨਕਾਣੇ ਤੋਂ ਉਰਲੇ ਪਾਸੇ ਆ ਬਚਿਆਣਾ ਉੱਥੇ ਅਸੀਂ ਵੀ ਉੱਥੇ ਜਾ ਕੇ ਤਾਂ ਉੱਥੇ ਉੱਤਰੇ ਉੱਤਰ ਕੇ ਤਾਂ ਫਿਰ ਅਸੀਂ ਰਿਸ਼ਾਣਾ ਪਿੰਡ ਆਏ ਕਿ ਉਹਦੇ ਨਾਲ ਉਹ ਵੀ ਮੁਸਲਮਾਨਾਂ ਪਿੰਡ ਸਾਰਾ ਜੀ ਸਾਰਾ ਸਿੱਖ ਨਹੀਂ ਸੀ ਉੱਥੇ ਉੱਥੇ ਸਾਡਾ ਮਾਮਾ ਨਹੀਂ ਆਏ ਅਸੀਂ ਵੀ ਉੱਥੇ ਚਲੇ ਗਏ ਜਦ ਉੱਥੇ ਚਲ ਗਿਆ ਖੈਰ ਉੱਥੇ ਖਾਧਾ ਪਾਣੀ ਜਿਵੇਂ ਕਹਿੰਦੇ ਵੀ ਭੁੱਖੇ ਮਰਦੇ ਜਿਹੜੇ ਹੁੰਦੇ ਮੈਂ ਇਹੋ ਹੀ ਹਾਲ ਹੁੰਦਾ ਉੱਥੇ ਵੀ ਜਦ ਆ ਗਿਆ ਤਾਂ ਉੱਥੇ ਫਿਰ ਇੱਕ ਦਿਨ ਰਹਿਆ ਕਿ ਦੋ ਦਿਨ ਰਹਿਆ ਪਿੱਛੋਂ ਇੱਥੇ ਇੱਕ ਤਹਿਸੀਲਦਾਰ ਸੀ ਨੌਸ਼ਹਿਰੇ ਦਾ ਨੌਸ਼ਹਿਰੇ ਲੱਗਾ ਸੀ ਅਤੇ ਸੀਗਾ ਫਿਰੋਜ਼ਪੁਰ ਦਾ ਅਤੇ ਸਾਡੇ ਹਿੰਦੁਸਤਾਨ ਦੇ ਵਿੱਚ ਉਹ ਜਲੰਧਰ ਸੀ ਅਤੇ ਉੱਥੋਂ ਜਿਸ ਅੱਜ ਹੁੰਦੇ ਇੰਤਕਾਲ ਜਿਸ ਹੁੰਦੀਆਂ ਉਹ ਕਾਰਨ ਆਉਂਦਾ ਹੁੰਦਾ ਸੀ ਉਹਨੇ ਇੱਕ ਬੰਦੇ ਕੋਲ ਆ ਕੇ ਜਾਂ 48 ਹੈ ਇੱਥੇ ਕੋਈ ਬੰਦਾ ਮਿਲਿਆ ਉਹਨਾਂ ਨੂੰ ਉਹਨੇ ਕਿਹਾ ਵੀ ਫਲਾਣਾ ਬੰਦਾ ਅਗਰ ਹੋਵੇ ਨਾ ਉਹਨਾਂ ਤੁਸੀਂ ਆਖਿਆ ਵੀ ਤੁਸੀਂ ਸਹਿਮ ਆ ਰਹੇ ਤੁਹਾਨੂੰ ਸਭ ਕੁਝ ਇੱਥੇ ਆ ਜਾਓ ਨੌਸ਼ਹਿਰਾ ਵਿਰਕਾ ਅਤੇ ਤੁਹਾਨੂੰ ਜ਼ਮੀਨ ਵੀ ਦਿਆਂਗਾ ਮਕਾਨ ਵੀ ਸਭ ਕੁਝ ਦਿਆਂਗਾ ਉਹਨੇ ਸਾਨੂੰ ਸੁਣਿਆ ਭੇਜੇ ਅਸੀਂ ਫਿਰ ਉੱਥੋਂ ਉੱਠੇ ਮੁੜ ਕੇ ਉਹ ਸਟੇਸ਼ਨ ਬਚਿਆਣੇ ਆਇਆ ਫਿਰ ਇੱਥੇ ਜਾਣੀ ਕੀ ਨਾਂ ਹੈ ਸ਼ੇਖਪੁਰ ਆ ਗਿਆ ਰਾਜ ਸ਼ੇਖਪੁਰ ਹੈ ਅਤੇ ਸਵੇਰੇ ਉੱਠ ਕੇ ਗੱਡਾ ਕੀਤਾ ਉਹਨੂੰ 20 ਰੁਪਏ ਦਿੱਤੇ ਅਤੇ ਉਹ ਸਾਨੂੰ ਇੱਥੇ ਨੌਸ਼ਹਿਰੇ ਛੱਡ ਗਏ ਇੱਥੇ ਆਉਂਦੇ ਸਾਨੂੰ ਉਹਨਾਂ ਨੇ ਚੌਲ ਜੇ ਉਹ ਦਿੱਤਾ ਅਸੀਂ ਵੀ ਪਕਾ ਪਕੂ ਕੇ ਰੱਜ ਕੇ ਖਾਧਾ ਅਤੇ ਉਹ ਫਿਰ ਹਾਂ ਸਾਡੇ ਪਹਿਲਾਂ ਉਦੋਂ ਜਿਹੜਾ ਭਾਈ ਬੂਟੇ ਖਾਂ ਅਤੇ ਬੰਦੂ ਖਾਂ ਆਇਆ ਜਾਂ ਪਹਿਲਾਂ ਇੱਥੇ ਜਿਵੇਂ ਸੁਨੇਹਾ ਪਹੁੰਚਿਆ ਹੈ ਵੀ ਆ ਕਿਵੇਂ ਉਹ ਫਿਰ ਆਏ ਸੀ ਨੌਸ਼ਹਿਰੇ ਅਤੇ ਉਹ ਜਿਹੜਾ ਤਹਿਸੀਲਦਾਰ ਸੀ ਉਹ ਗਏ ਬਾੜੀ ਪਿੰਡ ਨਾਲ ਫਿਰ ਉੱਥੇ ਜਾ ਕੇ ਉਹਨੂੰ ਮਿਲੇ ਅਤੇ ਫਿਰ ਵਾਪਸ ਆਏ ਰਾਤ ਰਹਿ ਅਤੇ ਫਿਰ ਵਾਪਸ ਚਲੇ ਉਹਨਾਂ ਨੇ ਕਿਹਾ ਵੀ ਉਹ ਹੈਗਾ ਵਾ ਬੰਦਾ ਤਹਿਸੀਲਦਾਰ ਵਾਕਿਆ ਸਹੀ ਹੈ ਫਿਰ ਅਸੀਂ ਵਾਪਸ ਗੱਡਾ ਕੀਤੇ ਅਤੇ ਇੱਥੇ ਆ ਗਿਆ ਨੌਸ਼ਹਿਰੇ ਹਾਂ ਸਭ ਕੁਛ ਆ ਜ਼ਮੀਨ ਪਵਾਈ ਹੁਣ ਬੜਾ ਕੁਛ ਸਾਨੂੰ ਦਿੱਤਾ ਸੀ ਮਕਾਨ ਬੇਹਤਰੀਨ ਜਿੱਦਾਂ ਦਾ ਜਿਹੜੇ ਸੀਗੇ ਉਦੋਂ ਵੀ ਕੱਚੇ ਬੋਲ ਕੇ ਮਕਾਨ ਸੀ ਅਤੇ ਸਾਰੇ ਵੈਸੇ ਅਸੀਂ ਜ਼ਮੀਨ ਸਾਨੂੰ ਪੂਰੀ ਮਿਲੀ ਨਹੀਂ ਸਾਡੀ ਉੱਥੇ ਜ਼ਮੀਨ ਪੂਰੀ ਮਿਲੀ ਤਕਰੀਬਨ ਇੱਥੇ ਕਿਉਂਕਿ ਜਲੰਧਰ ਦੇ ਜਿਹੜੇ ਨੰਬਰ ਸੀ ਉਹ ਵੀ 60 ਸੀ ਇੱਥੇ ਪਰ ਉੱਥੇ ਪਤਾ ਕੀ ਆ ਜਿਹੜੀ ਸੀ ਨਾ 40 ਜ਼ਮੀਨ ਖੂਹਾਂ ਦੀ ਉਹ ਮਾਮਲਾ ਦੇਣ ਦੇ ਦੁੱਖ ਉਹਨੂੰ ਵਿਰਾਨੀ ਕਰਵਾਇਆ ਸਾਰੇ ਉਹ ਵਿਰਾਨੀ ਜਿਹੜਾ ਮੁਰੱਬਾ 12 ਪੈਣੀਆਂ ਲੱਭੀਆਂ ਜੇ 2 ਵਜੇ ਨੂੰ ਇੱਕ ਮੁਰੱਬਾ ਲਾ ਇੰਝ ਹੋਈ ਬਹੁਤ ਡਰਦੇ ਸਾਡੇ ਜਿਹੜੇ ਮਨੁੱਖੀ ਸੀ ਨਾ ਉਹ ਸਿਰਫ ਇਹੋ ਹੀ ਕੰਮ ਸੀ ਵੀ ਉਹ ਆਪਣਾ ਖਾਂਦੇ ਪੀਂਦੇ ਸੀ ਅਤੇ ਫਿਰ ਸਾਲ ਬਾਅਦ
ਥੋੜ੍ਹਾ ਬੜਾ ਦੇ ਕੇ ਆਉਂਦੇ ਜੀ। ਠੀਕ ਹੋ ਗਿਆ।